ਨੇ ਰਾਤ ਦੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨਾਲ ਹੋਈਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਵੇਖਦੇ ਹੋਏ SGPC ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਰੇਲਵੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਚਲਾਈਆਂ ਜਾ ਰਹੀਆਂ ਫ੍ਰੀ ਬੱਸਾਂ ਦਾ ਸਮਾਂ ਹੁਣ 24 ਘੰਟੇ ਲਈ ਕਰ ਦਿੱਤਾ ਗਿਆ ਹੈ ਤਾਂ ਕਿ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਬੱਸ ਦੇ ਚਾਲਕ ਨੇ ਦੱਸਿਆ ਕਿ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਡਿਊਟੀਆਂ ਵੱਖ ਵੱਖ ਸ਼ਿਫਟਾਂ ਵਿੱਚ 24 ਘੰਟੇ ਲਈ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਸ਼ਰਧਾਲੂਆਂ ਨੂੰ ਅਣਸੁਖਾਵੀ ਘਟਨਾਵਾਂ ਤੋਂ ਬਚਾਇਆ ਜਾ ਸਕੇ। ਇਸ ਗੱਲ ਬਾਰੇ ਜਦੋਂ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਰਾਤ ਦੇ ਸਮੇਂ ਇਹ ਫ੍ਰੀ ਬੱਸ ਸੇਵਾ ਮਿਲਣ ਨਾਲ ਸ਼ਰਧਾਲੂਆਂ ਦੇ ਮਨਾਂ ਵਿੱਚ ਕਿਸੇ ਕਿਸਮ ਦਾ ਡਰ ਨਹੀਂ ਰਹੇਗਾ। ਗੁਰਜੰਟ ਸਿੰਘ ਬਤੌਰ ਡਰਾਈਵਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਕੁਝ ਰਸ਼ਕੇ 'ਤੇ ਜਾ ਰਹੀ ਸਵਾਰੀਆਂ ਨਾਲ ਲੁੱਟ ਖੋਹ ਹੋਈ ਸੀ। ਉਸ ਕਾਰਨ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਕਿਰਪਾਲ ਸਿੰਘ ਬਡੂੰਗਰ, ਉਹਨਾਂ ਦੇ ਕਿ ਸਾਡੀ ਡਿਊਟੀ ਲਾਈ ਹੋਈ ਆ ਵੀ 24 ਘੰਟੇ ਸਰਵਿਸ ਕਰੋ। ਜੋ ਵੀ ਸਵਾਰੀਆਂ ਰਾਤ ਨੂੰ ਆਉਂਦੀਆਂ ਸਟੇਸ਼ਨ 'ਤੇ, ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ, ਉਹਨਾਂ ਦੀ ਕੋਈ ਦਰਬਾਰ ਸਾਹਿਬ ਆਉਣ ਵਾਲਿਆਂ ਦੀ ਕੋਈ ਲੁੱਟ ਖੋਹ ਨਾ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਨਾਗਪੁਰ ਸੇ ਆਏ ਹਮ ਲੋਕ। ਫ੍ਰੀ ਬੱਸ ਅੱਛੀ ਬਾਤ ਹੈ, ਫ੍ਰੀ ਹੈ ਤੋ ਸਬਕੋ ਸੇਵਾ ਉਪਲਬਧ ਕਰਨਾ ਚਾਹੀਏ। ਕੋਈ ਗਰੀਬ ਰਹਿਤਾ ਹੈ, ਕੋਈ ਟਿਕਟ ਭਰ ਸਕਤੀ ਨਹੀਂ, ਕੁਛ ਨਹੀਂ। ਮੇਰਾ ਨਾਮ ਪ੍ਰੀਤੀ ਹੈ, ਪ੍ਰੀਤੀ ਸੁਪਾਰੇ। ਹਮ ਕਮ ਸੇ ਕਮ 30 ਜਾਂ 40 ਲੋਕ ਹੈ ਯਹਾਂ ਪੇ ਯਾਤਰੀ ਕਰਨੇ ਕੇ ਲਈ ਆਏ ਹੈ, ਔਰ ਯਹਾਂ ਪੇ ਅਭੀ ਨਾਗਪੁਰ ਸੇ ਆਏ ਹੈ। ਇਹ ਜੋ ਅਭੀ ਗੁਰੂਦੁਆਰ ਜਾ ਰਹੇ ਹਮ ਸਭ ਜਨ, ਔਰ ਜ਼ਿਆਦਾਤਰ ਲੇਡੀਜ਼ ਹਮਾਰੇ ਸਾਥ ਜ਼ਿਆਦਾ ਹੈ, ਔਰ ਜੈਸੇ ਇਹ ਜੋ ਬੱਸ ਕੀ ਸੁਵਿਧਾ ਉਪਲਬਧ ਕੀ ਹੈ, ਬਹੁਤ ਹੀ ਅੱਛੀ ਸੇਵਾ ਹੈ ਸਬਕੇ ਲੀਏ। ਔਰ ਜੈਸੇ ਜੋ ਲੇਡੀਜ਼ ਕੇ ਜੋ ਕਾਂਡ ਵਗੈਰਾ ਹੋਤੇ ਹੈ, ਉਸਕੇ ਕਾਰਨ ਇਹ ਸਬਸੇ ਬੈਸਟ ਹੈ ਸੇਵਾ। ਯਾਨੀ ਕਿ ਕੋਈ ਅਗਰ ਲੇਡੀਜ਼ ਵੀ ਰਹਿਤੀ ਹੈ, 4-5 ਜੈਂਟਸ ਨਹੀਂ ਵੀ ਰਹੇ ਤੋ ਵੀ ਉਨਕੇ ਲੀਏ ਅੱਛਾ ਹੈ। ਯਾਨੀ ਕਿ ਉਹ ਯਹਾਂ ਪੇ ਆ ਕੇ ਪਰਸਨਲੀ ਇਹ ਬੱਸ ਕੇ ਸੁਵਿਧਾ ਅੱਛੇ ਸੇ ਉਸਕੇ ਉਪਲਬਧ ਕਰ ਸਕਤੇ ਹੈ, ਔਰ ਅੱਛਾ ਹੈ ਸਭ।